ਸਵਾਗਤ ਹੈ ਇੱਕ ਵਾਰੀ ਫਿਰ ਤੁਹਾਡੇ ਆਪਣੇ ਚੈਨਲ ਐਜ਼ੋਮੈਟਿਕੀ ਸੋਲਿਊਸ਼ਨ ਦੇ। ਮੈਂ ਤੁਹਾਡਾ ਦੋਸਤ ਵਰਿੰਦਰ ਲੈ ਕੇ ਆਉਣਾ ਹਰ ਉਸ ਨਵੀਆਂ ਅਤੇ ਤਾਜ਼ਾ ਅਪਡੇਟ। ਅੱਜ ਗੱਲ ਕਰਾਂਗੇ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਾਜ਼ਿਲਕਾ ਦੇ ਵਿੱਚ ਆਈਆਂ ਹੋਈਆਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਵਿੱਚ ਪੋਸਟਾਂ ਨੇ ਜਿਹੜੀਆਂ ਉਹਨਾਂ ਬਾਰੇ ਗੱਲ ਕਰਾਂਗੇ। ਮਿਤੀ 28/2020 ਨੂੰ ਅਜੀਤ ਅਖਬਾਰ ਦੇ ਵਿੱਚ ਭਰਤੀ ਸੰਬੰਧੀ ਇਹ ਜਾਰੀ ਕੀਤਾ ਗਿਆ ਸੀ ਨੋਟਿਸ, ਜਿਹਦੀ ਲਗਾਤਾਰ ਅੰਤਿਮ ਮਿਤੀ ਹੈ ਜਿਹੜੀ 29/3/2020 ਆ। ਉਸ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਫੋਰਮ ਨੇ ਅਪਲਾਈ ਕਰਨੇ ਨੇ। ਕੋਵਿਡ-19 ਕਰਕੇ 22/3/2020 ਨੂੰ ਕਰਫਿਊ ਲੱਗ ਜਾਣ ਕਰਕੇ ਮਿਤੀ ਕੀ ਆ ਨੈਕਸਟ ਥੋੜ੍ਹੀ ਇਹਨਾਂ ਨੇ 30/3/2020 ਕਰ ਦਿੱਤੀ ਸੀ। ਅਤੇ ਜਿਸ ਦੇ ਨਾਲ ਜਿਹੜੀਆਂ ਪੋਸਟਾਂ ਦੀ ਗੱਲ ਕਰੀਏ ਤਾਂ ਆਪਾਂ ਉਹ ਕੇਸ ਵਰਕਰ 2, ਜਰਨਲ ਅਤੇ ਕੇਸਿਕ ਕੌਂਸਲਰ ਅਤੇ ਮਲਟੀਪਰਪਜ਼ ਹੈਲਪਰ 1, ਇਹ ਇਹਨਾਂ ਨੂੰ ਕੈਂਡੀਡੇਟ ਚਾਹੀਦੇ ਨੇ ਫੀਮੇਲ। ਅਰਜ਼ੀਆਂ ਤੁਸੀਂ ਜਿਹੜੀਆਂ ਨੇ ਚਾਹਵਾਨ ਉਮੀਦਵਾਰ ਨੇ ਅਰਜ਼ੀ ਦਿੱਤੇ ਹੋਏ ਐਡਰੈਸ 'ਤੇ ਭੇਜ ਸਕਦੇ ਨੇ ਡਿਸਟ੍ਰਿਕਟ ਪ੍ਰੋਗਰਾਮ ਆਫਿਸ, ਕੰਮ ਮੈਨੇਜਰ, ਮੈਨੇਜਮੈਂਟ ਕਮੇਟੀ ਜਾਂ www.fazilka.nic 'ਤੇ ਜਾ ਕੇ ਸਾਰੀਆਂ ਇੰਸਟਰਕਸ਼ਨ ਰੀਡ ਕਰਕੇ ਆਪਣਾ ਅਪਲਾਈ ਕਰ ਸਕਦੇ ਨੇ ਫੋਰਮ ਲਾਸਟ ਡੇਟ ਤੋਂ ਪਹਿਲਾਂ। ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ। ਥੈਂਕ ਯੂ।